ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਡੇ ਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਤੇ ਵਿਜੇ ਅੱਜ ਆਪਣੀ ਵਿਜਿਟ ਹੈਗੀ ਆ ਪਿੰਡ ਸ਼ਿਕਾਰ ਮਾਸ਼ੀਆਂ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਦੇ ਬਾਬਾ ਨਾਨਕ ਬਾਈ ਸੁੱਖਣਾ ਕੋਲ ਆ ਚੁੱਕੇ ਜੀ। ਅੱਜ ਫਿਰ ਆਪਾਂ ਅੱਜ ਵੀ ਬਾਈ ਕੋਈ 8-10 ਦੇ ਲਗਭਗ ਛੋਟੀਆਂ ਸੇਲ ਹੈ ਜੀ। ਅਤੇ ਆ ਹੁਣ ਬਾਈ ਜੀ ਨੇ ਗੱਲਬਾਤ ਕਰੀਏ ਇਹਨੇ ਪ੍ਰਾਈਸ ਕੀ ਆ ਕੀ ਮਿਲਕ ਰਿਕਾਰਡ ਆ। ਉਸ ਤੋਂ ਪਹਿਲਾਂ ਵਿਜੇ ਰਿਕੁਐਸਟ ਕਰਨ ਤੋਂ ਪਹਿਲਾਂ ਇੱਥੇ ਆ ਕੇ ਚੁਆਈ ਕਰੋ, ਪਾਸ ਕਰੋ, ਪੂਰੀ ਤਸਵੀਰ ਖਰੀਦੋ। ਬਾਬਾ ਜੀ ਅਸੀਂ ਬੇਨਤੀ ਕਰ ਦਿੰਦੇ ਹਾਂ ਕਿ ਚੁਆਈ ਜ਼ਰੂਰ ਕਰੋ, ਨਾਲੇ ਵੀਡੀਓ ਬਾਤ ਸ਼ੇਅਰ ਕਰਦੇ ਰਹੋ, ਚਲੋ ਗਾਂ ਕਿ ਵੀ ਦਾ ਫਾਇਦਾ ਹੋ ਸਕੇ। ਹੁਣ ਆਪਾਂ ਬਾਜੀ ਹੋਣੀ ਗੱਲਬਾਤ ਕਰੀਏ। ਬਾਜੀ ਸਤਿ ਸ਼੍ਰੀ ਅਕਾਲ ਜੀ। ਹੋਰ ਬਾਜੀ ਕਿੱਦਾਂ ਜੀ? ਵਧੀਆ ਚੜ੍ਹਦੀ ਕਲਾ ਮਹਾਰਾਜ ਜੀ ਕਿਰਪਾ। ਚਲੋ ਚਲੋ ਹੋਰ ਸੁਣਾਓ, ਠੀਕ ਠਾਕ ਜੀ? ਬਸ ਬਾਜੀ ਅੰਦਰ ਮੀਂਹ ਦੇ ਬਾਜੀ ਮੀਂਹ ਦੇ ਸਰ ਆਪਣੀ ਮਰਜ਼ੀ ਹੈ, ਲੋਕ ਕਹਿੰਦੇ ਪੈਂਦਾ ਨਹੀਂ ਜੇ ਪੈਂਦਾ ਹੁਣ ਹਟਦਾ ਨਹੀਂ। 3 ਘੰਟੇ ਹੋ ਗਏ ਜੀ। ਹਾਂਜੀ ਹਾਂਜੀ, ਨਾ ਮੁਸ਼ਕਲ ਹੀ ਅੱਜ ਨਹੀਂ ਹਟਦਾ ਲੱਗਦਾ। ਨਹੀਂ ਹਟਦਾ, ਨਹੀਂ ਹਟਦਾ, ਬੜਾ ਬਹੁਤ ਮੀਂਹ ਉਧਰ, ਮੈਂ ਤੇ ਮੁੱਦੇ ਬੜਾ ਪਿਆ ਬਾਜੀ ਮੀਂਹ ਸਾਰੇ ਬੜਾ ਪੈਣ ਦਿਆ। ਹਾਂਜੀ ਹਾਂ, ਹੋਰ ਤੁਸੀਂ ਸੁਣਾਓ? ਬਸ ਵਧੀਆ, ਮੇਰਾ ਨਹੀਂ ਤੁਹਾਡੀਆਂ ਮੇਰਾ ਹੀ ਚਾਹੀਦੀਆਂ, ਮੈਂ 7 ਕੁੱਤੀਆਂ ਦੀਆਂ ਗਾਦੀਆਂ। ਹਾਂ ਚਲੋ ਕੋਈ ਗੱਲ ਨਹੀਂ, ਜਿਹਦੇ ਕਰਕੇ ਭੱਜੇ ਫਿਰੀ ਦਾ ਸਾਰਾ ਦੇਣਾ। ਬਿਲਕੁਲ ਜੀ ਬਾਜੀ, ਬਿਲਕੁਲ। ਹਾਂਜੀ ਹਾਂਜੀ, ਅੱਜ ਫਿਰ ਕਿਵੇਂ ਜੀ? ਅੱਜ 12 ਹੈਗੇ ਆ। ਕਰੀ ਸ਼ੁਰੂ ਜੀ ਫਿਰ? ਹਾਂ ਜੀ, ਕਿੱਧਰ ਲੱਗੀ? ਚਲੋ ਦੱਸੋ ਜੀ। ਅੱਛਾ ਜੀ, ਠੀਕ ਠੀਕ ਆ। ਹਾਂਜੀ, ਅੱਛਾ ਜੀ, ਦੂਜਾ ਸੂਆ ਜੀ, ਤੇ ਚੈੱਕ ਕਰੋ ਤੇ ਬਾਜੀ ਕਿੰਨਾ ਦੁੱਧ ਕਰੂਗੀ ਜੀ? ਇਹ ਪਹਿਲਾਂ ਨੇ 13 ਕਿਲੋ ਦਿੱਤਾ, ਆਹ ਦੇਖੋ ਵੱਡੀ ਝੋਟੀ ਨਾਲੇ। ਆਜੋ ਆਜੋ ਆਜੋ, ਲੈ ਚੁਆ ਚੁ ਵਧੀਆ ਫਿਰ। ਹੈ ਜੀ, ਮੈਂ ਬਹੁਤੀ ਜਾ ਰਹੀ ਜੀ। ਠੀਕ ਆ, ਲੈ ਚਲੋ, ਬਹੁਤ ਚੰਗੀ ਚੁਆਈ, ਬਹੁਤ ਚੰਗੀ, ਬਸ ਠੀਕ ਹੈ ਜੀ। ਹਾਂਜੀ, ਕੱਟਾ ਕੱਢੀ ਮਗਰ ਕੱਟਾ ਹੀ ਆ, ਮਨ ਬਸ ਠੀਕ ਹੈ, ਇੱਦਾਂ ਬਹੁਤ ਠੀਕ ਆ। ਹਾਂਜੀ, ਕਿੰਨਾ ਮਾਨ ਤਾ? ਪੰਜ ਛੱਡ ਦੋ, 10 ਹੀ ਛੱਡ ਦਾਂਗੇ, 85 ਹਜ਼ਾਰ ਦੀ ਮੰਦਾ ਬੜਾ ਬਾਜ਼ਾਰ। ਅੱਛਾ ਜੀ, 83 ਹਜ਼ਾਰ ਦੀ ਝੋਟੀ ਦੇ ਦਾਂਗੇ। ਨਾ ਜੀ, ਵਾਹ ਜੀ ਵਾਹ, ਦੱਸੋ ਮੈਨੂੰ ਮਿਲ ਜਾਂਦੀ? ਨਹੀਂ ਨਹੀਂ, ਬਹੁਤ ਰੇਟ ਬਾਜੀ, ਲੋ ਜੀ ਵੀ ਦੇਖੋ 11-12 ਕਿਲੋ ਤਿਆਰ ਆ ਜੀ। ਤਾਂ ਰੇਟ ਵੇਖੀ ਜਾ ਜੇ ਬਾਈ ਹੋਣਾ ਤੇ ਤੇਰਾ ਹੀ ਕਲਾਸ ਨਾ, ਆ ਚੈੱਕ ਕਰੋ ਕਲਾ ਦੀ ਇਹ ਭਾਰੀ ਮੱਝ ਪੂਰੀ ਪਹਿਲੀ ਬੜਾ ਰੇਟ ਬਾਈ ਉਹ ਜੈ ਹੁੰਦਾ ਪਰ ਐਲ ਕੀ ਵੀ ਸਿਰੇ ਕਰਾਈ ਜਾਂਦੇ ਹੁਣ ਦੇਖੋ ਵੱਟ ਕੱਢਦੇ ਨੇ ਅੱਜ ਮਾਲ ਬਾਈ ਜੀ ਤੁਹਾਡੇ ਸਟੋਰੀਆਂ ਵੇਖੀ ਦੀਆਂ ਕ੍ਰਿਕਟ ਤੋਂ ਜਾ ਰਹੇ ਲੁਧਿਆਣੇ ਨੂੰ ਕ੍ਰਿਕਟ ਹੈਂਜੀ ਲੁਧਿਆਣੇ ਬਿਲਕੁਲ ਬਾਈ ਜੀ ਬਿਲਕੁਲ ਠੀਕ ਆ। ਝੋਟੀ ਆ ਵੇ ਬਹੁਤ ਕੁਆਲਿਟੀ ਝੋਟੀ ਨਾਲ ਕਟਿੰਗ ਮਗਰ ਕੱਟਾ ਜੀ? ਨਹੀਂ ਨਹੀਂ, ਗੱਬਣ ਚੋਂ। ਅੱਛਾ, ਗੱਬਣਾ ਬਾ ਠੀਕ ਆ। ਆ ਦੇਖੋ ਜੀ, ਆਜੋ ਜੀ ਆਜੋ ਆਜੋ, ਨੀਲੇ ਜੀ ਆ ਗਈ ਝੋਟੀ ਬਾ ਠੀਕ ਆ।
ਲੈ ਜੂ 5-4 ਦਿਨ ਜੀ ਹਜੇ ਚੰਗੀ ਸਾਫ ਹੈ ਝੁੱਟ ਜਾਣਾ ਜੀ ਹਾਂ ਬਿਲਕੁਲ ਜੀ ਹਾਂਜੀ ਦੱਸੋ ਮੁੱਲ ਦਾ 90,000 ਹੈ ਹਾਂਜੀ 80 ਦੀ ਦੇ ਦਈਏ 80,000 ਦੀ बहुत सोहना रेट कर दे बाई वड्डियां झुटियां इत्थे गुरदासपुर दियां कोई हरियाणे मालवे दियां झुटियां नहीं गियां आजो भाजी आजो चवाई खान ओदा लगेगा ओदा भारा चवाई रूम वांगू पोली ठीक है आजो नहीं दीजिए इस पर गारंटी ना कोई ठीक है बस ठीक है पहले बढ़िया कड़ियां बुरियां बारे नीलियां हुन घट आंदियां जी नीली पूरी काली हैगी सारी 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 है ठीक है सारी नीचा पूरियां कर देंगे हां जी ये वीडियो टाइम पास में अगर रेट भी बिल्कुल जायज है बिल्कुल 15 किलो सुई कोई 10 किलो बोला12 किलो लख ਲੇਵਾ ਥੋੜਾ ਟੈਟਾ ਹੈ ਨਾ ਗਾਂ ਨੂੰ ਸ਼ਾਮਾਂ ਨੂੰ ਵੇਖਿਓ ਕਿੰਨੀ ਬੰਦੀ ਹੈ ਅੱਛਾ ਜੀ ਕੋਈ ਨਹੀਂ ਆਪਾਂ ਕੋਈ ਟਾਈਮ ਲਾਇਆ ਤੁਹਾਨੂੰ ਕਹੀਏ ਵੀ ਕੋਈ ਨਾ ਟਾਈਮ ਲਾਇਆ ਨਹੀਂ ਬਿਲਕੁਲ ਆ ਚੈੱਕ ਕਰ ਲਓ ਜੀ ਸਿੰਘ ਨੂੰ ਜਾਇਆ ਜੀ ਪਰ ਲੇਵਾ ਵੇਖੋ ਕਰੇ ਲੇਵਾ ਵੇਖੋ ਮੈਂ ਜਾ ਕੇ ਕੈਮਰੇ ਉਡਾਉਂਦੀ ਆ ਹੁਣ ਮੈਂ ਥਲੇ 12 ਕਿਲੋ ਦੁੱਧ ਚੋਗ ਰਿਹਾ ਅੱਛਾ 12 ਕਿਲੋ ਤੁਹਾਨੂੰ ਮੈਂ ਕਿਹਾ ਮੈਂ ਸਾਰੀਆਂ ਮੇਰੇ ਕੋਲ ਦੁੱਧ ਤਿਆਰ ਹਾਂਜੀ 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 12 ਕਿਲੋ ਮੈਂ ਥਲੇ ਦੁੱਧ ਤਿਆਰ ਹੈ ਬਸ ਠੀਕ ਆ ਹਾਂ ਇਹ ਮੈਂ ਮੇਰੀ ਨਾ ਕੋਈ ਵੀ ਲਾਜੇ ਗਾਰੰਟੀ ਨਾ ਸੇਵਾ ਉਹਨਾਂ ਨੇ ਕਰਨੀ 14 ਕਿਲੋ ਮੈਂ ਦੁੱਧ ਦੇਏਗੀ ਨਹੀਂ ਤੇ ਮੈਂ ਜ਼ਿੰਮੇਵਾਰ ਹਾਂ ਚਲੋ ਬੱਚਾ ਮੈਂ ਤਾਂ ਤੁਸੀਂ ਸਮਝਾ ਕੇ 14 ਕਿਲੋ ਨਾ ਦੁੱਧ ਕਰੇਗੀ ਮੇਰੀ ਹੋਣ ਜਾਣਾ ਠੀਕ ਠੀਕ ਹੈ ਭਾਜੀ ਠੀਕ ਹੈ ਹਾਂ ਇਹ ਵੀ ਮੇਰਾ ਮੁੱਲ 80 ਤੇ 75 ਦੀ ਦੇ 75,000 ਦੀ ਹਾਂ ਕੋਈ ਨਾ ਮਾਨਤਾਨ ਕਰ 3,000 ਕਰ 72,000 ਦੀ ਮੈਂ ਹੀ ਦੇ ਦਾਂਗਾ ਦੋ ਛੱਡ ਦੋ ਪੂਰੇ 70 ਦੀ ਜੈਸ ਜਾਂ ਨੋ ਹੋਣ ਜਿੰਨੇ ਫੋਨ ਕਰਨਾ ਪੂਰਿਆਂ ਨਹੀਂ ਲਾਏ ਬਸ ਠੀਕ ਹੈ 100 ਰੁਪਏ ਛੋੜ ਦੋ ਚਲੋ ਠੀਕ ਹੈ ਠੀਕ ਹੈ ਹਾਂਜੀ ਪਰ ਲਈ ਖੋਲ ਲਓ ਪਹਿਲਾਂ ਛੋਟੀ ਸੂਈ ਆ 8 ਕਿਲੋ ਦੁੱਧ ਤਿਆਰ ਆ ਦੇਖ ਪਾ ਸਕਦੇ ਨਹੀਂ ਸੂਈ ਪਹਿਲਾ ਸੂਈ ਹੈ ਜੀ 8 ਕਿਲੋ ਤਿਆਰ ਆ ਤੇ ਵੱਡੀ ਛੋਟੀ ਨਾਲੇ ਪਿੱਛੇ ਵੀ ਕੱਟੀ ਆ ਪਹਿਲਾਂ ਜੋ ਇਹ ਵੀ ਲੋਹੀ ਕੱਟੀ ਆ ਗਿਆ ਨਾ ਜੀ ਹਾਂ ਆ ਦੇ ਲਓ ਇਹ ਆ ਵੇਖੋ ਘਰਾਂ ਦੇ ਆ ਜਾਓ ਜੀ ਆ ਜਾਓ ਲੈ ਨਾ ਕੋਈ ਲੈ ਆਓ ਘਰਾਂ ਦੇ ਹਾਂਜੀ
ਬਿਲਕੁਲ ਜੈਸਨੋ ਜੀ ਚ ਛੋੜ ਹੀ ਹੋਣੀ ਨਾ 6000 ਦੀ 6000 ਦੇ ਚਲੋ ਠੀਕ ਆ ਹਾਂਜੀ ਅਸੀਂ ਨਹੀਂ ਪੈਣਾ ਜੇ ਬੱਦਰ ਮਾਰ ਇੱਕ ਇਹ ਸੂਈ ਹੋ ਵੀ ਹੈ ਜੀ ਹਾਂਜੀ बिलकुल कीमत गांव लिया इधर लिया अच्छा जी कि दुद्ध नहीं पी ये बस ठीक है बिलकुल भाजी बिलकुल बिलकुल आ जाओ इन भाजी फिर कीमत10-11 देखो वड्डी मज पूरी करो जी ठीक है आज मगर कटी तो भाजी फिर इनकी कीमत हाँ जी 70,000 की चल 2,000 65,000 की वाह जी वाह बस ठीक है चलो ठीक है कोई गल नहीं हाँ हूँ उदो भी लिया करा दी रेट देखी जाए खाने हाँ लैन ही 12-13 डंगर भाई जी मैंने रखता नीले जाके ना गब्बना है सूई गब्बना थाना उ कम बन गया जी ग्रास वाला बहुत चंगा हाँ इधर आओ इधर लियाओ कि करो तो जी फिर 12-13 किलो देखो जी हाँ चेक करो देखो नहीं नहीं ठीक है हाँ जी फिर बहत्तर हजार से पूरे जान दो बस बस ठीक है बस ठीक है 70,000 देखो नहीं चलो कोई गल अच्छा पहला सूआ दूजा सूआ बोल दे अच्छा 8 किलो बोला है जी ठीक है आन तो करा दीता लियाओ बस इतनी घुमा रहे इतनी घुमा रहे कोई नहीं बच्चा की मगर दे कट्टी मगरा ये भी चेक कर लो करा दे बिलकुल जी छोटी है ना फेरा पाएगा इतने ना ठीक है चलो इनकी फिर कीमत भाजी फिर माल तो चलो अजे नहीं बहुता टुट जाना जो कही बड़ा ही 10-15,000 में ही टुट जानी वो गल नहीं है।
ਨੰਬਰ ਜੀ ਘਰ ਮਸੀਆਂ ਜੋ ਹਾਂਜੀ ਜ਼ਿਲ੍ਹਾ ਗੁਰਦਾਸਪੁਰ ਦੇ ਤਹਿਸੀਲ ਡੇਰਾ ਬਾਬਾ ਨਾਨਕ ਠੀਕ ਹੈ ਸਤਿ ਸ਼੍ਰੀ ਅਕਾਲ।